इस हस्पताल दे विच किस तरीके नाल जिहड़ियां दवाइयां दा असी कह सकते हैं दवाइयां दे मामले नूं लैके बहुत वड्डी कणगैली दा असी खुलासा है जिहड़ा इस हस्पताल दे विचों करन जा रहे हैं। 6वें महीने 2019 नूं इह बणी ते 5वें महीने 2021 दे विच एक्सपायर होनी सी, पर इन्हां 2 सालां दे विच इह दवाइयां इस हस्पताल दे विच किहड़े हालातां दे विच पईयां रहियां। वड्डा सवाल इह है कि 2 सालां दे विच जेकर इन्हां दवाइयां दा इस्तेमाल नहीं सी होणा, इन्हां दवाइयां नूं गरीब लोकां तक नहीं सी पहुँचदा करना, तां फिर हस्पताल दे विच इह दवाइयां भेजियां क्यों गईयां? डाक्टर दा पक्का पता नहीं वी आउंदा आउंदा नहीं कि नहीं आउंदा। ते दवाइयां वी पूरियां मिल जांदियां ने इत्थे? ਦਵਾਈ ਦਾ ਵਾਰੰਟ ਲੈਣੀ ਕਿਸੇ ਨੇ ਦਵਾਈ ਸਾਨੂੰ ਬੰਦਾ ਮਿਲਿਆ ਜੀ, ਉਹਨੇ ਕਿਹਾ ਕਿ ਮੈਨੂੰ ਸਕਿਨ ਦੀ ਪ੍ਰੋਬਲਮ ਸੀ, ਮੈਨੂੰ ਦਵਾਈ ਨਹੀਂ ਮਿਲੀ, ਮੈਨੂੰ ਬਾਹਰੋਂ ਲੈਣਾ ਪਿਆ, ਪਰ ਇੱਥੇ ਐਕਸਪਾਇਰ ਹੋ ਕੇ ਸਿੱਟੀਆਂ ਪਈਆਂ। ਸਾਨੂੰ ਬਹੁਤ ਪਰੇਸ਼ਾਨੀ ਖੜੀ ਹੁੰਦੀ ਹੈ, ਦਵਾਈਆਂ ਜੀ ਫਿਲਹਾਲ 80-90% ਜੋ ਸਾਨੂੰ ਬਾਹਰੋਂ ਲੈਣੀਆਂ ਪੈਂਦੀਆਂ ਹਨ। ਕਾਲੋ ਦਵਾਈਆਂ ਨੇ ਮਰੀਜ਼ਾਂ ਨੂੰ ਮਿਲ ਰਹੀਆਂ, ਲਿਖ ਕੇ ਦੇ ਦਿੰਦੇ ਨੇ, ਬਾਹਰੋਂ ਲੈਣੀਆਂ ਪੈਂਦੀਆਂ ਨੇ। ਬਹੁਤ ਜ਼ਿੰਮੇਵਾਰੀ ਨਾਲ ਤੁਸੀਂ ਬਹੁਤ ਜ਼ਿੰਮੇਵਾਰ ਬੰਦੇ ਹੋ, ਬਹੁਤ ਜ਼ਿੰਮੇਵਾਰੀ ਨਾਲ ਮੈਨੂੰ ਲੱਗਦਾ ਕਿ ਤੁਸੀਂ ਆਪਣੀ ਗੱਲ ਆਖ ਰਹੇ ਹੋ ਇੱਥੇ। ਜ਼ਿੰਮੇਵਾਰੀ ਇਹ ਜਦ ਕੇ ਇਹਨਾਂ ਨੂੰ ਦਵਾਈਆਂ ਆਉਂਦੀਆਂ ਨੇ ਸਰਕਾਰ ਵੱਲੋਂ, ਇਹਨਾਂ ਨੂੰ ਦੇਣੀਆਂ ਚਾਹੀਦੀਆਂ ਨੇ ਮਰੀਜ਼ਾਂ ਨੂੰ। ਉਹ ਨਾ ਤਾਂ ਆਪਣੇ ਕਮਰੇ ਦੇ ਵਿੱਚ ਨੇ ਔਰ ਨਾ ਹੀ ਉਹ ਫੋਨ ਅਟੈਂਡ ਕਰ ਰਹੇ ਨੇ। ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਦਿੰਦੇ ਹਾਂ, ਹਾਲਾਤ ਨੇ ਅਹਿਮਦਗੜ੍ਹ CSC ਅਹਿਮਦਗੜ੍ਹ ਦੇ, ਜਿੱਥੇ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਹਸਪਤਾਲ ਹੀ ਰੱਬ ਭਰੋਸੇ 'ਤੇ ਚੱਲ ਰਿਹਾ। ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਖੜ੍ਹੇ ਨੇ ਔਰ ਜਿਹੜੇ ਇੱਥੇ ਦੇ ਫਰਮਾ ਵੰਡਦੇ ਨੇ ਦਵਾਈਆਂ ਵੰਡਣ ਵਾਲੇ ਲੋਕ, ਤੁਸੀਂ ਦੇਖ ਸਕਦੇ ਹੋ ਖਿੜਕੀ ਦੇ ਵਿੱਚੋਂ ਬਾਹਰੋਂ ਝਾਕ ਰਹੇ ਨੇ, ਖੜ੍ਹੇ ਰਹੇ ਨੇ ਔਰ ਉਹ ਮੌਕੇ ਦੇ ਉੱਤੇ ਨਹੀਂ ਨੇ। ਸੋ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਇਸ ਵਕਤ? SMO ਜ਼ਿੰਮੇਵਾਰ। ਸਰ ਮੈਂ ਦਵਾਈ ਉਹ ਐਕਸਰੇ ਕਰਾਉਣੇ ਆਇਆ ਤਾਂ ਕਮਰ ਮੈਂ ਦਰਦ ਹੋ ਰਿਹਾ। ਨਹੀਂ ਜੀ, ਕੋਈ ਕਰਾ ਉਸਕੇ ਪਾਸ ਜਾਓ, ਕੋਈ ਕਰਾ ਉਸਕੇ ਪਾਸ ਜਾਓ, ਫਿਰ ਉਸਕੇ ਪਾਸ ਗਿਆ ਸਿਰਫ ਮਸ਼ੀਨ ਕੇ ਪਾਸ, ਉਹ ਕਰਾ ਕਮਰ ਕਾ ਨਹੀਂ ਹੋਗਾ, ਛੋਟੀ ਮਸ਼ੀਨ ਹੈ, ਹੁਣ ਮੈਂ ਜਾ ਰਹਾ ਹਾਂ ਪ੍ਰਾਈਵੇਟ ਇਸ। ਮੈਂ ਹੁਣ ਡਿਊਟੀ ਲਗਾ ਦਿੱਤੀ ਹੈ DFPO ਦੀ, ਅਤੇ ਉਹ ਇਨਕੁਆਇਰੀ ਕਰਕੇ ਅਤੇ ਅੱਜ 2 ਦਿਨਾਂ ਤੱਕ ਰਿਪੋਰਟ ਦੱਸ ਦੇਣਗੇ, ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਕਰਾਂਗੇ ਕਾਰਵਾਈ ਜ਼ਰੂਰ। ਸਤਿ ਸ਼੍ਰੀ ਅਕਾਲ ਜੀ, ਹਕੀਕਤ TV ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਅਸੀਂ ਜਿਹੜਾ ਕਮਿਊਨਿਟੀ ਸਿਹਤ ਕੇਂਦਰ ਅਹਿਮਦਗੜ੍ਹ ਦੇ ਵਿੱਚ ਮੌਜੂਦ ਹਾਂ, ਅੱਜ ਅਸੀਂ ਤੁਹਾਨੂੰ ਇਸ ਹਸਪਤਾਲ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀਆਂ ਦਵਾਈਆਂ ਦਾ ਅਸੀਂ ਕਹਿ ਸਕਦੇ ਹਾਂ ਦਵਾਈਆਂ ਦੇ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਕਣਗੈਲੀ ਦਾ ਅਸੀਂ ਖੁਲਾਸਾ ਹੈ ਜਿਹੜਾ ਇਸ ਹਸਪਤਾਲ ਦੇ ਵਿੱਚੋਂ ਕਰਨ ਜਾ ਰਹੇ ਹਾਂ, ਕਿਉਂਕਿ ਪੰਜਾਬ ਦੀਆਂ ਜਿਹੜੀਆਂ ਇਸ ਵੇਲੇ ਵੱਖੋ ਵੱਖ ਥਾਵਾਂ ਦੇ ਉੱਤੇ ਹਸਪਤਾਲਾਂ ਦੇ ਵਿੱਚੋਂ ਅਕਸਰ ਇਹ ਜਿਹੜੀਆਂ ਸ਼ਿਕਾਇਤਾਂ ਨੇ ਸਰਕਾਰ ਕੋਲ ਪਹੁੰਚਦੀਆਂ ਨੇ, ਸਿਹਤ ਸਕੱਤਰ ਕੋਲ ਪਹੁੰਚਦੀਆਂ ਨੇ ਕਿ ਜਿਹੜੀਆਂ ਦਵਾਈਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਇੱਥੋਂ ਜਿਹੜੀਆਂ ਉਹ ਨਹੀਂ ਮਿਲਦੀਆਂ। ਬਾਹਰ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਮਜਬੂਰੀ ਵਸ ਦੇ ਵਿੱਚ ਜਿਹੜਾ ਬਾਹਰ ਤੋਂ ਉਹ ਦਵਾਈਆਂ ਖਰੀਦਣੀਆਂ ਪੈ ਸਕਦੀਆਂ ਨੇ। ਤਸਵੀਰਾਂ ਨੇ, ਐਂਟਰੀ ਪੁਆਇੰਟ ਹੈਗਾ CHC ਅਹਿਮਦਗੜ੍ਹ ਦਾ ਜਿੱਥੇ ਹੁੰਦੀਆਂ, ਅਸੀਂ ਅੱਜ ਤੁਹਾਨੂੰ ਇਹ ਲਾਈਵ ਤਸਵੀਰਾਂ ਦਿਖਾਵਾਂਗੇ। ਹੌਲਨਾਕ ਤਸਵੀਰਾਂ ਨੇ, ਜਿਹੜਾ ਖੁਲਾਸਾ ਅਸੀਂ ਕਰਨ ਜਾ ਰਹੇ ਹਾਂ ਉਹ ਹੌਲਨਾਕ ਤਸਵੀਰਾਂ ਨੇ। ਤੁਸੀਂ ਦੇਖੋਗੇ ਕਿ ਕਿਸ ਤਰੀਕੇ ਨਾਲ ਜਿਹੜੀਆਂ ਦਵਾਈਆਂ ਗਰੀਬਾਂ ਵਾਸਤੇ, ਗਰੀਬ ਲੋਕਾਂ ਵਾਸਤੇ ਇਸ ਹਸਪਤਾਲ ਨੂੰ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਨੇ, ਇਸ ਹਸਪਤਾਲ ਦੇ ਲਈ ਰੱਖੀਆਂ ਜਾਂਦੀਆਂ ਨੇ, ਲੋਕਾਂ ਦੇ ਭਲੇ ਲਈ ਰੱਖੀਆਂ ਜਾਂਦੀਆਂ ਨੇ, ਉਹਨਾਂ ਦਵਾਈਆਂ ਦਾ ਹਾਲ ਕੀ ਹੈ? ਹਾਲਾਤ ਤੁਹਾਨੂੰ ਅਸੀਂ ਅੱਜ ਜਿਹੜੇ ਬਿਲਕੁਲ ਲਾਈਵ ਹੋ ਕੇ ਦਿਖਾਵਾਂਗੇ। ਤਸਵੀਰਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ, ਲਾਈਵ ਤਸਵੀਰਾਂ ਨੇ ਸਿਵਲ ਅਸੀਂ ਜਿਹੜੇ ਕਹਿ ਸਕਦੇ ਹਾਂ CSC ਅਹਿਮਦਗੜ੍ਹ ਦੀਆਂ ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲਾਈਵ ਤਸਵੀਰਾਂ ਨੇ। ਬਹੁਤ ਵੱਡਾ ਖੁਲਾਸਾ ਹੈ ਜਿਹੜਾ ਅਸੀਂ ਅੱਜ ਇੱਥੋਂ ਕਰਨ ਜਾ ਰਹੇ ਹਾਂ। ਇਹ ਗੇਟ ਹੈ ਜਿਹੜਾ ਦੇਖੋ, ਦੇਖ ਸਕਦੇ ਹੋ, ਪਹਿਲਾਂ ਅਸੀਂ ਤੁਹਾਨੂੰ ਲਾਈਵ ਹੋ ਕੇ ਦਿਖਾ ਰਹੇ ਹਾਂ। ਇਹ ਗੇਟ ਹੈ ਜਿਹੜਾ ਇਸ ਵੇਲੇ ਬਿਲਕੁਲ ਖੁੱਲ੍ਹਾ ਪਿਆ, ਉਹ ਕੋਈ ਵੀ ਆ ਸਕਦਾ, ਇੱਥੇ ਕੋਈ ਵੀ ਵਿਅਕਤੀ, ਕੋਈ ਵੀ ਜਾਨਵਰ, ਪੰਛੀ ਕਿਤੋਂ ਵੀ ਇੱਥੇ ਪਾਸੇ ਆ ਸਕਦੇ ਨੇ। ਹੁਣ ਤੁਹਾਨੂੰ ਜਿਹੜੀਆਂ ਚੀਜ਼ਾਂ ਦੇ ਵਾਸਤੇ ਅਸੀਂ ਅੱਜ ਖਾਸ ਕਰਕੇ ਲਾਈਵ ਹੋਇਆ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਆਹ ਤਸਵੀਰਾਂ ਨੇ ਲੱਖਾਂ ਰੁਪਏ ਦੀਆਂ ਦਵਾਈਆਂ ਇੱਥੇ ਜਿਹੜੀਆਂ ਪਈਆਂ ਐਕਸਪਾਇਰ ਹੋ ਗਈਆਂ, ਪਰ ਲੋਕਾਂ ਨੂੰ ਇੱਥੇ ਕਿਸ ਕਾਰਨ ਕਰਕੇ ਨਹੀਂ ਦਿੱਤਾ ਗਈਆਂ, ਇਸ ਬਾਬਤ ਅਸੀਂ ਕੁਛ ਨਹੀਂ ਕਹਾਂਗੇ, ਪਰ ਇਹ ਦਵਾਈਆਂ ਨੇ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਪਈਆਂ ਨੇ। ਇਹ ਦਵਾਈਆਂ ਨੇ, ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ। ਇਹ ਤਸਵੀਰਾਂ ਇਹ ਜਿਹੜੀਆਂ 6ਵੇਂ ਮਹੀਨੇ 2019 ਨੂੰ ਇਹ ਬਣੀ ਅਤੇ 5ਵੇਂ ਮਹੀਨੇ 2021 ਦੇ ਵਿੱਚ ਇਹ ਐਕਸਪਾਇਰ ਹੋਣੀ ਸੀ, ਪਰ
इन्हां दो सालां दे विच ये दवाइयां इस हस्पताल दे विच किहड़े हालातां दे विच पईयां रहियां, इस बाबत भी असीं कुछ नहीं कह सकते किहड़े हालातां दे विच इत्थे रखियां गईयां। टीके होण, दवाइयां होण, बहुत सारियां चीज़ां इत्थे पईयां पईयां जिहड़ियां ओह एक्सपायर हो गईयां। ये बिल्कुल नवें ने, कुछ तां हालात ये ने कि जिहड़े हजे तक जिन्हां दी सील भी नहीं खोली गई, सील भी इन्हां दी खोली नहीं गई, और डब्बियां दे डब्बे जिहड़े दवाइयां दे ढेर ने इत्थे ओह पए जिहड़े नज़र आ रहे ने। तस्वीरां तुसीं देख सकदे हो, बिल्कुल ये तस्वीरां लाइव तस्वीरां ने CHC अहमदगढ़ दियां, जिथे वड्डी गिणती दे विच जिहड़ियां दवाइयां ने ओह दवाइयां ने जेकर यूज़ दे विच नहीं आउंदियां तां इस दे लई जिहड़ी वक्खो वक्ख तरह की परमिशन लैनी पैंदी है। पहली गल तां ये है कि ओह दवाइयां ने जिस दी रिक्वायरमेंट है पहलां हस्पताल वल्लों लिख के भेजी जाती है, और उस तो बाद ही जिहड़ियां ये दवाइयां आउंदियां ने। तस्वीरां तुहानूं ये भी दिखा दिंदे आ कि वड्डी गिणती दे विच जिहड़ा स्टॉक हैगा ओह इत्थे फूकिया भी जा चुकिया है। वड्डी क्योंकि ये खुले दे विच पिया, खुले दे विच असीं जिहड़ियां एक्सपायरी दवाइयां नहीं रख सकते। सो ये ओह तस्वीरां ने CHC अहमदगढ़ दियां, वड्डी नलायकी है। अगर वेले सिर इन्हां दा यूज़ होया हुंदा, वेले सिर इन्हां दा इस्तेमाल होया हुंदा लोकां दे लई, गरीब लोकां नूं ये दवाइयां दित्तियां जांदियां तां बहुत वड्डी जिहड़ी इस दी वरतों सुचज्जी वरतों हो सकती सी। पर तस्वीरां तुहानूं इस वेले असीं दिखा रहे हां खुले आसमान दे विच, इत्थे जिहड़ा ओ ये दवाइयां दा स्टॉक है रखा गया एक्सपायरी दवाइयां दा, जिन्हां नूं बिल्कुल भी नहीं रख सकते। और तस्वीरां नालों नाल जेकर इस थान की फोरेंसिक जांच करवाई जाए तो फोरेंसिक जांच दे विच बहुत सारियां गल्लां ने जिहड़ियां ओह सामने आ सकदियां ने, क्योंकि जिहड़ा एक वड्डी अणगहली है, असीं ये गल कहांगे वड्डी नलायकी है हस्पताल दी इत्थे जिहड़ी ओह सामने आई है। तस्वीरां तुहाडे सामने ने, लोगों नूं इत्थे मजबूरी वस जिहड़ा बाहरले जिहड़े मेडिकल स्टोर ने उत्थों दवाइयां लई जांदे ने। असीं ये नहीं कहिंदे कि डॉक्टरां वल्लों इत्थे बाहर जिहड़ी दवाई लिखी जांदी है, असीं किसे गल दी कोई, पर वड्डा सवाल यह है कि दो सालां दे विच जेकर इन्हां दवाइयां दा इस्तेमाल नहीं सी होणा, इन्हां दवाइयां नूं गरीब लोगों तक नहीं सी पहुँचदा करना, तां फिर हस्पताल दे विच दवाइयां भेजियां क्यों गईयां, इस दी रिक्वायरमेंट क्यों क्रिएट कीती गई, और क्यों लखां रुपए दीयां दवाइयां जिहड़ियां इस वेले तुसीं देख सकते हो इत्थे कोई भी आ सकदा है जा सकदा है, कोई पशु कोई पंछी कोई, क्योंकि जिहड़े नशेड़ी वड्डी गिणती दे विच भी जिहड़े इत्थे आले दुआले हस्पतालां दे विच देखे जांदे ने, ओह भी कोई अपने नशे दी तोड़ दे विच एक्सपायरी होईयां दवाइयां लै सकदा है। इस दे लई जिम्मेवार कौन होएगा, कौन जिम्मेवार है, वड्डा सवाल यह है कि इन्हां दवाइयां दे पिछे जिहड़ियां लखां रुपए दीयां दवाइयां हस्पताल दे विच बेअर्थ पईयां ने, एक्सपायरी हो गईयां ने, पर जिहड़े लोग ने उह मजबूरी वस इस हस्पताल दे विचों, इह वी सूत्रां दे हवाले तों खबर मिल रही है, बड़ी पुख्ता खबर मिल रही है। तस्वीरां तुसीं देखो बिल्कुल नवीआं, जिहड़ियां इह दवाई दीयां शीशियां ने जिन्हां दा कोई यूज़ नहीं होया, बिल्कुल सीलबंद, और जिहड़ियां पईयां पईयां इस हस्पताल दे विच एक्सपायर हो गईयां, पर किसे डॉक्टर ने किसे सीनियर अधिकारी ने यह नहीं समझा कि इन्हां दवाइयां नूं किसे गरीब लोकां दे विच दे दित्तियां जांदियां, गरीब मरीज़ां दे विच दे दित्तियां जांदियां। एक थानू असीं होर भी जिहड़ियां तस्वीरां ने, और यह भी मन्निया जा रहा है कि ये जिहड़ियां तस्वीरां ने इत्थे महीना बद्धी ये ओह तस्वीर है जिहड़ी कि सामने आ गई है, पर जिहड़ियां ओह ये कदों तो यह काम इत्थे चल रहा है इस बाबत भी कुछ नहीं कहा जा सकता। सो जिहड़ियां तस्वीरां ने असीं तुहानूं दिखा रहे हां 6 इहनूं लगभग साढ़े कोल पुख्ता प्रूफ ने, जिहड़ियां ये पईयां ने दवाइयां पईयां ने इत्थे यूज़ करन दे लई मेडिसिन पईयां ने, ओह मेडिसिन लगभग ये 15 दिन पहलां दी साढ़े कोल एक वीडियो हैगी है जिहड़ी एक जागरूक शहरी ने इत्थों बना के भेजी, और उस तो बाद तस्वीरां तुसीं देख सकते हो कि 6 महीने दे विच इहनूं एक्सपायर होना सी। इस असीं कह सकते हैं कि फार्मूलेशन स्किन क्रीम हैगी है, तो मैनूं लगता है कि इंज लगता है कि जिहड़ी पई पई 2 साल के करीब हो गए, 6 महीने 21 तरीक नूं एक्सपायर हुई है जी 2021 दे विच, ठीक है, पर इसका यूज़ नहीं होया, और इत्थे साढ़े कोल पुख्ता सबूत ने जिन्हां दे आधार ते असीं गल कर रहे हैं कि इहो जिहे जिहड़ियां क्रीमां हैगियां इहो जिहे दवाइयां हैगियां जेकर वेले सिर उहनां दा इस्तेमाल कीता जांदा तां शायद ओह कूड़े दा ढेर आ जिहड़ियां नहीं बणदियां, लोकां दे पैसे दी बर्बादी ना हुंदी। आह तस्वीरां ने असीं कुछ क जिहड़ियां इत्थे मेडिसिन ने ओह कढ के रखियां ने, वड्डी गिणती दे विच तुसीं देख सकदे हो इत्थे पत्ते ने वड्डी गिणती दे विच, इहनां नूं कोई भी खा सकदा है, अणगहली दे विच किसी नूं भी तोड़ लगी हो सकती है, पशु पंछी इस थां दे उत्तों कुछ भी खा सकते ने, कोई बच्चा खेडदा करदा इधर नूं आ सकदे, तां इसका जिम्मेवार कौन होएगा। तस्वीरां तुसीं देख सकते हो क्योंकि एक प्रॉपर प्रोसैस हुंदा है जदों
हस्पताल दे विच वादू जां फिर एक्सपायर हुई दवाई नूं लैके जिहड़े नियम बनाए गए ने उहनां नियमां दी शरेआम ਤਜੀਆਂ ਉੱਡ ਰਹੀਆਂ ਨੇ। ਹੁਣ ਵੱਡੀ ਜਾਂਚ ਦਾ ਵਿਸ਼ਾ ਇਹ ਹੈ ਕਿ ਇਹ ਦਵਾਈਆਂ ਇੱਥੇ ਕਦੋਂ ਰੱਖੀਆਂ ਗਈਆਂ, ਕਿਸ ਅਧਿਕਾਰੀ ਦੇ ਕਹਿਣ ਤੇ ਇਹ ਸਾਰਾ ਕੰਮ ਕੀਤਾ ਗਿਆ, ਔਰ ਕਿਸ ਕੀ ਇਹਨਾਂ ਦਵਾਈਆਂ ਨੂੰ ਇਸ ਤਰੀਕੇ ਨਾਲ ਇੱਥੇ ਰੱਖਣ ਵਾਸਤੇ ਕਿਸੇ ਪਾਸੇ ਤੋਂ ਕੋਈ ਪਰਮਿਸ਼ਨ ਲਈ ਗਈ ਸੀ ਜਾਂ ਨਹੀਂ ਲਈ ਗਈ ਸੀ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਲਾਈਵ ਹੋ ਕੇ ਦਿਖਾ ਰਹੇ ਹਾਂ। ਜਿਹੜੀਆਂ ਤਸਵੀਰਾਂ ਨੇ ਵੱਡੀ ਗਿਣਤੀ ਵਿੱਚ ਜਿਹੜੀਆਂ ਦਵਾਈਆਂ ਨੇ ਉਹ ਇੱਥੇ ਰੱਖੀਆਂ ਪਈਆਂ ਨੇ। ਬੇਸਿਕਲੀ ਇਸ ਗੱਲ ਦਾ ਪਤਾ ਇੱਥੇ ਤਾਂ ਨਹੀਂ ਲੱਗਦਾ ਕਿਉਂਕਿ ਬਹੁਤ ਪਿੱਛੇ ਨੂੰ ਜਾ ਕੇ ਜਿਹੜੀ ਇਹ ਨਲਾਇਕੀ ਲੁਕਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਦਵਾਈਆਂ ਦਾ ਢੇਰ ਹੈਗਾ ਉਹ ਡਿਸਟਰੋਏ ਕੀਤਾ ਗਿਆ। ਹੁਣ ਵੱਡਾ ਸਵਾਲ ਇੱਥੇ ਇਹ ਹੈ ਕਿ ਇਹ ਦਵਾਈਆਂ ਨੂੰ ਕੰਜ਼ਿਊਮ ਕੈਟਾਗਰੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਆ ਐਕਸਪਾਇਰੀ ਕੈਟਾਗਰੀ ਦੇ ਵਿੱਚ ਦਿਖਾਇਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਦਵਾਈਆਂ ਨੇ। ਜੇਕਰ ਇਸ ਥਾਂ ਦੀ ਫੋਰੈਂਸਿਕ ਲੈਬੋਰਟਰੀ ਤੋਂ ਜਾਂਚ ਕਰਵਾਈ ਜਾਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੋ ਸਕਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਕੈਮੀਕਲ ਨੇ, ਕਿਉਂਕਿ ਬਰਸਾਤ ਦਾ ਮੌਸਮ ਹੈਗਾ ਜਦੋਂ ਪਾਣੀ ਨਾਲ ਮਿਲਦੇ ਨੇ ਤਾਂ ਦਵਾਈਆਂ ਵੀ ਅਤੇ ਅਜਿਹੇ ਟੀਕੇ ਇੰਜੈਕਸ਼ਨ ਵੀ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਕੈਮੀਕਲ ਨੇ ਉਹ ਇੱਥੋਂ ਪ੍ਰੋਡਿਊਸ ਕਰਦੇ ਨੇ। ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਬਹੁਤ ਵੱਡੀ ਜਿਹੜੀ ਅਣਗਹਿਲੀ ਹੈ, ਅਸੀਂ ਕਹਿ ਲਈਏ ਕਿ ਬਹੁਤ ਵੱਡੀ ਨਲਾਇਕੀ ਹੈ ਜਿਹੜੀ ਇਸ ਵੇਲੇ ਹਸਪਤਾਲ ਦੀ ਉਹ ਸਾਹਮਣੇ ਆਈ ਹੈ। ਲੱਖਾਂ ਰੁਪਏ ਦੀਆਂ ਦਵਾਈਆਂ ਅਸੀਂ ਇਹਨਾਂ ਨੂੰ ਸਮਝ ਸਕਦੇ ਹਾਂ ਕਿ ਜਿਹੜੀਆਂ ਬਗੈਰ ਯੂਜ਼ ਤੋਂ, ਇਹ ਇੱਕ ਢੇਰ ਸੀ, ਆ ਦੂਜਾ ਢੇਰ ਇੱਥੇ ਪਿਆ ਵੱਡੀ ਗਿਣਤੀ ਦੇ ਵਿੱਚ। ORS ਘੋਲ ਹੈ ਜਿਹੜਾ, ORS ਘੋਲ ਦੀਆਂ ਇਹ ਤਸਵੀਰਾਂ ਨੇ ਜਿਹੜਾ ਸਾਨੂੰ ਮਾਰਕੀਟ ਦੇ ਵਿੱਚ ਪੈਸੇ ਖਰਚ ਕੇ ਮਿਲਦਾ, ਪਰ ਸਰਕਾਰ ਨੇ ਲੋਕਾਂ ਦੀ ਭਲਾਈ ਵਾਸਤੇ ਇਹ ਮੁਫਤ ਦੇ ਵਿੱਚ ਇੱਥੇ ਇਸ ਹਸਪਤਾਲ ਦੇ ਵਿੱਚੋਂ ਮਿਲਣਾ ਸੀ। ਪਰ ਕਿਸੇ ਵੀ ਡਾਕਟਰ ਨੇ ਇਹ ਨਹੀਂ ਸਮਝਿਆ, ਦੋ ਚੀਜ਼ਾਂ ਹੋ ਸਕਦੀਆਂ ਨੇ, ਜਾਂ ਤਾਂ ਫਿਰ ਇਸ ਬਿਮਾਰੀ ਦੇ ਜਿਹੜੀਆਂ ਦਵਾਈਆਂ ਇੱਥੇ ਸਿੱਟੀਆਂ ਗਈਆਂ ਨੇ ਉਸ ਦੇ ਮਰੀਜ਼ ਖਤਮ ਹੋ ਗਏ ਨੇ, ਦੂਸਰੀ ਗੱਲ, ਜਾਂ ਫਿਰ ਇਹਨਾਂ ਨੂੰ ਜਿਹੜਾ ਕਿਸੇ ਸਾਜ਼ਿਸ਼ ਦੇ ਤਹਿਤ ਇੱਥੇ ਜਿਹੜਾ ਕਿਸੇ ਨਾ ਕਿਸੇ ਹਿੱਤ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ 'ਚ ਇਹ ਦਵਾਈਆਂ ਜਿਹੜੀਆਂ ਇੱਥੇ ਉਹ ਰੱਖੀਆਂ ਗਈਆਂ ਨੇ। ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਮਾਮਲੇ ਦੇ ਵਿੱਚ SMO ਜਿਹੜੇ ਇੱਥੇ ਹਸਪਤਾਲ ਦੇ ਇੰਚਾਰਜ ਨੇ ਮੈਡਮ ਸਾਹੂ ਹੋਰਾਂ ਕੋਲੋਂ ਵੀ ਗੱਲਬਾਤ ਕਰਕੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਲਾਈਵ ਤਸਵੀਰਾਂ ਅਹਿਮਦਗੜ੍ਹ ਹਸਪਤਾਲ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਦਵਾਈਆਂ ਖੁੱਲ੍ਹੇਆਮ ਖੁੱਲ੍ਹੇ ਦੇ ਵਿੱਚ ਜਿਹੜੀਆਂ ਉਹ ਰੱਖੀਆਂ ਗਈਆਂ ਨੇ। ਬਰਕਾਇਨੇ ਕਾਨੂੰਨ ਦੇ ਮੁਤਾਬਕ ਇੱਦਾਂ ਜਿਹੜੀਆਂ ਦਵਾਈਆਂ ਨੇ, ਇੱਦਾਂ ਦੀਆਂ ਜਿਹੜੀਆਂ ਮੈਡੀਸਨ ਨੇ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਖੁੱਲ੍ਹੇ ਰੂਪ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਇਹਨਾਂ ਨੂੰ ਡਿਸਟਰੋਏ ਕਰਨ ਦਾ, ਇਹਨਾਂ ਨੂੰ ਖਤਮ ਕਰਨ ਦਾ, ਜੇਕਰ ਯੂਜ਼ ਦੇ ਵਿੱਚ ਵੀ ਨਹੀਂ ਆਈਆਂ ਤਾਂ ਇਹਨਾਂ ਨੂੰ ਖਤਮ ਕਰਨ ਦਾ ਇੱਕ ਪ੍ਰੋਸੈਸ ਹੁੰਦਾ, ਉਹ ਪ੍ਰੋਸੈਸ ਵੀ ਕੋਈ ਪ੍ਰੋਸੈਸ ਕਿਸੇ ਪਾਸੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਅਜਿਹੀਆਂ ਇਸ ਤਰੀਕੇ ਨਾਲ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਖੁੱਲ੍ਹੀਆਂ ਦਵਾਈਆਂ ਇਸ ਤਰੀਕੇ ਨਾਲ ਜਿਹੜੀਆਂ ਹਸਪਤਾਲ ਦੇ ਵਿੱਚ ਉਹ ਰੱਖੀਆਂ ਜਾਣ। ਅਸੀਂ ਕੋਸ਼ਿਸ਼ ਕਰਾਂਗੇ ਇਸ ਬਾਬਤ, ਇਸ ਮਾਮਲੇ ਬਾਬਤ ਜਿਹੜਾ ਪੂਰੀ ਜਾਣਕਾਰੀ ਲੈ ਸਕੀਏ, ਆਖਿਰ ਇਸ ਦਾ ਮਕਸਦ ਕੀ ਹੈ, ਕਿਉਂ ਨਹੀਂ ਜਿਹੜੀਆਂ ਇਹ ਦਵਾਈਆਂ 2 ਸਾਲ ਤੱਕ ਇਸ ਹਸਪਤਾਲ ਦੇ ਵਿੱਚ ਪਈਆਂ ਰਹੀਆਂ। ਗੇਟ ਬਿਲਕੁਲ ਖੁੱਲ੍ਹਾ ਰੱਖਿਆ ਗਿਆ, ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਹ ਤਸਵੀਰਾਂ ਨੇ ਕਿਸੇ ਵੇਲੇ ਡਾਕਟਰ ਰਾਜੇਸ਼ ਗਰਗ ਦੀ ਇਹ ਜਿਹੜੀ ਰਿਹਾਇਸ਼ ਹੋਇਆ ਕਰਦੀ ਸੀ, 1 ਨੰਬਰ ਜਿਹੜਾ ਇਹ ਮਕਾਨ ਹੈਗਾ, ਪਰ ਇਸ ਵੇਲੇ ਕੂੜੇ ਦਾ ਜਿਹੜਾ ਢੇਰ ਹੈ, ਦਵਾਈਆਂ ਦਾ ਕੂੜੇ ਦਾ ਢੇਰ ਅਸੀਂ ਕਹਿ ਸਕਦੇ ਹਾਂ ਕਿ ਉਹ ਬਣਾਇਆ ਗਿਆ, ਖਾਲੀ ਪੱਤੇ ਵੀ ਦਵਾਈਆਂ ਦੇ ਇੱਥੇ ਪਏ ਨੇ। ਪਰ ਵੱਡਾ ਸਵਾਲ ਇੱਥੇ ਇਹ ਪੈਦਾ ਹੁੰਦਾ, ਹਸਪਤਾਲ ਪ੍ਰਸ਼ਾਸਨ ਦੇ ਉੱਤੇ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਆਖਿਰ ਉਹ ਕਿਹੜੇ ਹਾਲਾਤ ਸੀ, ਉਹ ਕਿਹੜੀਆਂ ਦਿੱਕਤਾਂ, ਉਹ ਕਿਹੜੀਆਂ ਪਰੇਸ਼ਾਨੀਆਂ ਸੀ ਕਿ ਜਦੋਂ ਇਸ ਹਸਪਤਾਲ ਦੇ ਸਟਾਫ ਨੇ ਐਡੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਦਵਾਈਆਂ ਨੂੰ ਬਾਹਰ ਰੱਖਣਾ ਪਿਆ, ਖੁੱਲ੍ਹੇ ਦੇ ਵਿੱਚ ਰੱਖਣਾ ਪਿਆ, ਲੋਕਾਂ ਦੀ ਜਾਨ ਨੂੰ ਕਦੇ ਵੀ ਇਹ ਖੌਫ ਬਣ ਸਕਦੀਆਂ ਨੇ। ਤਸਵੀਰਾਂ ਇਸ ਵੇਲੇ ਅਸੀਂ ਤੁਹਾਨੂੰ ਅਹਿਮਦਗੜ੍ਹ ਦੀਆਂ ਦਿਖਾ ਰਹੇ ਹਾਂ, ਅਹਿਮਦਗੜ੍ਹ ਦੀਆਂ ਤਸਵੀਰਾਂ ਨੇ, ਅਸੀਂ ਕੋਸ਼ਿਸ਼ ਕਰਾਂਗੇ। ਸਾਨੂੰ ਲੱਗਿਆ ਸੀ ਕਿ SMO ਜਿਹੜੇ ਨੇ ਇੱਥੇ ਦੇ ਮੈਡਮ ਸਾਹੂ ਇੱਥੇ ਇਸੇ ਬਿਲਡਿੰਗ ਦੇ ਵਿੱਚ ਨੇ। ਕੀ ਹਾਲਾਤ ਨੇ, ਤਸਵੀਰਾਂ ਨੇ ਜਿਹੜੀਆਂ ਕਿਸੇ ਵੇਲੇ ਡਾਕਟਰ ਗਰਗ ਦੀ ਰੈਜੀਡੈਂਸ ਹੋਇਆ ਕਰਦੀ ਸੀ, ਔਰ ਇਹ ਖੁੱਲ੍ਹੇ ਦੇ ਵਿੱਚ ਤਸਵੀਰਾਂ ਨੇ ਜੀ, ਖੁੱਲ੍ਹੇ ਦੇ ਵਿੱਚ। ਆਹ ORS ਘੋਲ ਹੈ, ਤੁਹਾਨੂੰ ਲੱਗਦਾ ਮੈਡਮ ਕਿਤੇ ORS ਘੋਲ ਦੀ ਇੰਨੀ ਡਿਮਾਂਡ ਹੈ ਇਸ ਵੇਲੇ ਗਰਮੀ ਦੇ ਵਿੱਚ, ਉਹ ਐਕਸਪਾਇਰ ਹੋ ਸਕਦਾ, 2 ਸਾਲ ਕਿਸੇ ਨੂੰ ਨਾ ਹੀ ਦਿੱਤਾ ਹੋਵੇ ਜੀ। ਜੀ ਆਹ ਜਰਾ ਇਸ ਪਾਸੇ ਵੀ ਦੇਖੋ ਜਰਾ, ਕਿੰਨੀ ਜਿਹੜੀ ਹੈ ਦਵਾਈਆਂ ਨੇ ਉਹ ਖਰਾਬ ਹੋਈਆਂ ਪਈਆਂ ਨੇ। ਕਿਸੇ ਨੇ ਕੋਈ ਮਤਲਬ ਕਿਸੇ ਨੇ ਕੋਈ ਪਰਮਿਸ਼ਨ ਲਈ ਹੈ ਤੁਹਾਡੇ ਕੋਲੋਂ ਕਿ ਅਸੀਂ ਦਵਾਈਆਂ ਇਸ ਤਰੀਕੇ ਨਾਲ ਅਸੀਂ ਰੱਖ ਸਕਦੇ ਹਾਂ? ਤੁਹਾਡੀ ਨੌਲੇਜ ਦੇ ਵਿੱਚ ਕੁਛ ਨਹੀਂ, ਤੇ ਫਿਰ ਜਿਹੜੇ ਜ਼ਿੰਮੇਵਾਰ ਲੋਕ ਕੌਣ ਨੇ, ਕਿਹਨਾਂ ਦੀ ਡਿਊਟੀ ਸੀ, ਕੌਣ ਜ਼ਿੰਮੇਵਾਰ?
जी तो मैडम एक बार तुम देखो जी दवाइया ने मैं तुम्हें दिखा भी रहा तुम स्टॉक दिखा रहे बहुत इंपोर्टेंट दवाइया ने इतने तक जी हजारा रुपए की कीमत दी लखा रुपए की कीमत दी आ स्किन की दवाई सू बंदा मिले जी हूँ उन्हें कहा कि मैंने स्किन की प्रॉब्लम थी मैंने दवाई नहीं मिली मैंने बहरों लेना पाया पर इतने एक्सपायर होकर सीटियां पड़िया ने जी सो ये तस्वीर थोड़ा असं दिखा रहे हैं असं एस एम ओ मैडम भी नाल लैके आ रहे हैं ओर एस ढोर तो लैके हर छोटी वोटी जी इतने लखा रुपए की दवाई है मेरे को नहीं नॉलेज मेरी नॉलेज कुछ नहीं नहीं मेरे को नहीं पता था मुझे नहीं पता जिसने भी नलायकी की है जिसकी भी ये नलायकी हैगी है थोनू सज़ा देने का तो हक है मुझे पता नहीं है कुछ ऊपर से चेक करना पड़ेगा थोड़े मुताबिक इस तरी पहला तो यह दसो कि इस तरीके डिस्ट्रॉय कर सकते हैं जी असं मैम नहीं अभी आजकल तो नहीं ऐसे करते हैं प्रॉपर प्रोसीजर की रहता डिस्ट्रॉय करने का मेरे को नॉलेज में नहीं है यही कह रही हूँ कि हमारे देखना पड़ेगा हमें सो कह कि उन्होंने नॉलेज के कुछ भी अजिहा मामला कदे सामने आया ये मैडम ने एस एम ओ डॉक्टर प्रतिभा साहू वर्मा जिन्हों का कहना है कि उन्होंने नॉलेज सीनियर मैडिकल अफसर ने जिहड़े हस्पताल की देख रेख करते हैं कुछ कु होर भी हस्पताल के इत्थे लोग हैगे ने थोड़ी नॉलेज हैगी सी ये गल कि दवाइया इस तरह सिटिया जा सकती मैं ईएसआई दा इंप्लाई हां मेरी ड्यूटी कोविड ते लगी है मैनू नॉलेज नहीं है नॉलेज नहीं है सो इत्थे जिहड़े लोग दवाइया दिंदे ने असीं उन्हां नूं भी पालण की कोशिश करते हैं उन्हां नाल भी गलबात करन की कोशिश करते हैं ये फार्मेसी अफसर ने लवजोत सिंह ग्रेवाल जिन्हां नूं असीं उन्हां दा वर्शन लैण की कोशिश कर रहे हैं हुण तक घट्टो घट्ट उन्हां नूं 10 कॉल ने जिहड़ियां उह कर चुके हैं तस्वीर तुम देखो 12:30 बजे असी करीब कॉल कर लगे सी पहला उन्हों का फोन बिजी जाता रहा लगातार कॉल करन तो बाद भी जिहड़ा वो ना तो अपने कमरे के विच ने और ना ही वो फोन अटेंड कर रहे हैं तस्वीर इस वेले थोनों दिखा दें हालात ने अहमदगढ़ CSC अहमदगढ़ के जिथे मैं लगता है कि ये सारा हस्पताल ही रब भरोसे चल रहा है तस्वीर ने इस वेले तुसी देख सकते हो असी लवजोत सिंह ग्रेवाल जिहड़े कि फार्मेसी अफसर बनाए गए ने इत्थे वो अपनी कुर्सी ते ही है नहीं कुलदीप सिंह इतने किमें मतलब इधर आए डॉक्टर एनकाले को डॉक्टर एनकाले को आए थे सरकारी हस्पताल च नहीं आते एनक दिखा या अपनी नज़र टेस्ट करवा नहीं प्राइवेट ही देखते हैं अच्छा प्राइवेट ही देखते हाँ इतने सरकारी इतने सहूलत हैगी है नज़र आए बैठे ने इतने नहीं दिखाते इतने क्यों नहीं दिखाते इतने डॉक्टर का पता नहीं आता कि नहीं आता पता नहीं कराया अच्छा थोड़ा ये भी नहीं पता कि इतने डॉक्टर आता नहीं आता सरकार सरकार तो लखा रुपए तनखा लेंगे ने डॉक्टर तो सू लगता कि जेकर साढ़े वर्गे बंदे साढ़े वर्गे लोग इन्ह हस्पतालों के जाएंगे नहीं जागरूक नहीं हो गए तो फिर रब ही रखे साढ़े मुल्क का हाँ जी हाँ जी ये तो है सही गल ਤੁਹਾਨੂੰ ਕੀ ਲੱਗਦਾ ਕਿ ਇੱਥੇ ਸਰਕਾਰੀ ਹਸਪਤਾਲ ਚ ਆਉਣਾ ਚਾਹੀਦਾ ਸੀ ਜੇ ਤੁਹਾਨੂੰ ਪਤਾ ਹੁੰਦਾ ਕਿ ਡਾਕਟਰ ਬੈਠਦੇ ਨੇ ਇੱਥੇ ਹਾਂਜੀ ਫਿਰ ਤਾਂ ਤੁਹਾਨੂੰ ਕਿਉਂ ਨਹੀਂ ਪਤਾ ਕਿ ਡਾਕਟਰ ਬੈਠਦੇ ਨੇ ਜਾਂ ਨਹੀਂ ਬੈਠਦੇ ਸਰਕਾਰੀ ਘੱਟ ਹੀ ਆਉਣਾ ਸਰਕਾਰੀ ਹਸਪਤਾਲ ਪ੍ਰਾਈਵੇਟ ਹੀ ਦਿਖਾਈਦਾ ਹੈ ਪ੍ਰਾਈਵੇਟ ਚ ਕਿਉਂ ਜਾਂਦੇ ਹੋ ਇੱਥੇ ਤਾਂ ਵੱਡੀਆਂ ਸਾਰੀਆਂ ਸਹੂਲਤਾਂ ਦੇਣ ਦਾ ਦਾਵਾ ਕਰਦੀ ਹੈ ਸਰਕਾਰ ਹਾਂਜੀ ਹਾਂਜੀ ਜੀ ਡਾਕਟਰ ਦਾ ਪੱਕਾ ਪਤਾ ਨਹੀਂ ਵੀ ਆਉਂਦਾ ਹੈ ਨਹੀਂ ਕਿ ਨਹੀਂ ਆਉਂਦੇ ਤੇ ਦਵਾਈਆਂ ਵੀ ਪੂਰੀਆਂ ਮਿਲ ਜਾਂਦੀਆਂ ਨੇ ਇੱਥੇ ਦਵਾਈ ਤਾਂ ਬਾਹਰੋਂ ਹੀ ਲੈਣੀ ਪੈਂਦੀ ਹੈ ਦਵਾਈ ਬਾਹਰੋਂ ਹੀ ਲੈਣੀ ਪੈਂਦੀ ਹੈ ਫਿਰ ਹਾਂਜੀ ਹਾਂਜੀ ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਬਾਹਰ ਹੀ ਦਿਖਾ ਲੈਣਾ ਹਾਂਜੀ ਬਾਹਰ ਹੀ ਦਿਖਾ ਸੋ ਇਹ ਤਸਵੀਰਾਂ ਜਿਹੜੀਆਂ CSC ਅਹਿਮਦਗੜ੍ਹ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੂਰਜ ਕੁਮਾਰ ਮੇਰਾ ਨਾਮ ਜੀ ਹਰਗੋਬਿੰਦ ਨਗਰ ਮਿੰਨੀ ਛਪਾਰ ਦਾ ਮੈਂ ਰਹਿਣ ਵਾਲਾ ਹਾਂ ਕਈ ਗ੍ਰਾਂ ਸਾਨੂੰ ਮਰੀਜ਼ ਦੀ ਦਿੱਕਤ ਪੈਂਦੀ ਰਾਤ ਨੂੰ ਉੱਥੇ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਇਹ ਕਹਿ ਦਿੱਤਾ ਡਾਕਟਰ ਨਹੀਂ ਹੈ ਹੋਰ ਪਾਸੇ ਲੈ ਜਾਓ ਜੀ ਸਾਨੂੰ ਬਹੁਤ ਪਰੇਸ਼ਾਨੀ ਖੜੀ ਹੁੰਦੀ ਹੈ ਦਵਾਈਆਂ ਮਿਲਦੀਆਂ ਨੇ ਇੱਥੇ ਦਵਾਈਆਂ ਜੀ ਫਿਲਹਾਲ 80-90% ਜੋ ਤੁਹਾਨੂੰ ਬਾਹਰੋਂ ਲੈਣੀਆਂ ਪੈਂਦੀਆਂ ਹਨ ਮੁੱਲ ਲੈਣੇ ਪੈਂਦੇ ਆ ਜੇ 5-10% ਹੀ ਸਾਨੂੰ ਉੱਥੇ ਦਿੱਤੀਆਂ ਜਾਂਦੀਆਂ ਹਨ ਬਾਕੀ ਸਾਨੂੰ ਬਾਹਰੋਂ ਹੀ ਲੈਣੀ ਪੈਂਦੀ ਸਰ ਮੈਂ ਦਵਾਈ ਦੇ ਉਹ ਐਕਸਰੇ ਕਰਾਉਣੇ ਆਇਆ ਤਾਂ ਕਮਰ ਮੈਂ ਦਾ ਤੋੜਾ ਨਹੀਂ ਜੀ ਕਿਉਂ ਕੋਈ ਕਰਾ ਉਸਕੇ ਪਾਸ ਜਾਓ ਕੋਈ ਕਰਾ ਉਸਕੇ ਪਾਸ ਜਾਓ ਫਿਰ ਉਸਕੇ ਪਾਸ ਗਿਆ ਐਕਸਰੇ ਮਸ਼ੀਨ ਕੇ ਪਾਸ ਉਹ ਕਰਾ ਕਮਰ ਕਾ ਨਹੀਂ ਹੋਗਾ ਛੋਟੀ ਮਸ਼ੀਨ ਹੈ ਹੁਣ ਮੈਂ ਜਾ ਰਹਾ ਹਾਂ ਪ੍ਰਾਈਵੇਟ ਇਸ ਕੋ ਪ੍ਰਾਈਵੇਟ ਜਾ ਰਹੇ ਹੋ ਐਕਸਰੇ ਕਰਾਉਣੇ ਕਿ ਪ੍ਰਾਈਵੇਟ ਜਾ ਰਹੇ ਹੋ ਕਿੰਨਾ ਪੈਸਾ ਲੱਗਦਾ ਹੈ ਔਰ ਕਿੰਨਾ ਕਮਾਉਂਦੇ ਹੋ ਸਰ ਜੀ ਮੈਂ ਦਿਹਾੜੀ ਕਮਾਉਣੀ ਹੈ ਜੀ 300-350 ਖੜੀ ਪੈ ਜਾਂਦਾ ਜੀ ਦਵਾਈਆਂ ਵੀ ਨਹੀਂ ਮਿਲਦੀਆਂ ਯਾਰ ਨਹੀਂ ਜੀ ਕੀ ਇਹ ਗੱਲ ਪੋਸੀਬਲ ਹੈਗੀ ਹੈ ਕਿ ਮੈਡਮ ਦੇ ਬਿਲਕੁਲ 200 ਮੀਟਰ ਦੇ ਦਾਇਰੇ ਦੇ ਵਿੱਚ ਐਕਸਪਾਇਰ ਹੋਈਆਂ ਦਵਾਈਆਂ ਪਈਆਂ ਹਾਂ ਦਫ਼ਤਰ ਤੋਂ ਮੈਡਮ ਦੇ ਐਸਐਮਓ ਮੈਡਮ ਦੇ 200 ਮੀਟਰ ਦੇ ਦੂਰੀ ਤੇ ਤਾਂ ਸਾਹਿਬ ਇੱਥੇ ਤੁਸੀਂ ਕਦੇ ਮੁੱਦਾ ਚੱਕਿਆ ਪਹਿਲਾਂ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਤੁਹਾਨੂੰ ਵੀ ਨਹੀਂ ਪਤਾ ਲੱਗਣ ਦਿੱਤਾ ਇੰਨੀ ਹੁਸ਼ਿਆਰੀ ਵਰਤੀ ਗਈ ਹੈ ਸਟਾਫ ਵੱਲੋਂ ਹਾਂ ਜੀ ਹਾਂ ਜੀ ਸੋ ਤੁਹਾਨੂੰ ਕੀ ਲੱਗਦਾ ਹੈ ਕੌਣ ਜ਼ਿੰਮੇਵਾਰ ਹੈ ਇਹ ਇਸ ਵਕਤ ਐਸਐਮਓ ਹੀ ਜ਼ਿੰਮੇਵਾਰ ਸਟਾਫ ਜ਼ਿੰਮੇਵਾਰ ਹੈ ਐਸਐਮਓ ਸਾਹਿਬ ਨੂੰ ਮੌਕਾ ਵੀ ਦਿਖਾਤਾ ਹੈ ਦੇਖਿਆ ਜੀ ਮੈਂ ਨਾਲ ਤੁਸੀਂ ਗਵਾਹ ਰਹੇ ਹੋ ਇਸ ਚੀਜ਼ ਦੇ ਮੈਂ ਦੇਖਿਆ ਨਾਲ ਜਾ ਕੇ ਮੈਂ ਨਾਲ ਜਾ ਕੇ ਦੇਖਿਆ ਠੀਕ ਇਸ ਬਾਬਤ ਐਡਾ ਸਿਸਟਮ ਸਾਡਾ ਸਰਕਾਰਾਂ ਇੰਨਾ ਜ਼ੋਰ ਲਾਉਂਦੀਆਂ ਨੇ ਇੰਨੀ ਦਵਾਈ ਮੁਹੱਈਆ ਕਰਾਉਂਦੀਆਂ ਨੇ ਤੁਹਾਡਾ ਬੜਾ ਵੱਡਾ ਤਜਰਬਾ ਹੈ ਤਾਇਲ ਸਾਹਿਬ ਪੱਤਰਕਾਰਤਾ ਦੇ ਵਿੱਚ ਤੇ ਕਾਰਨ ਕੀ ਮੰਨਦੇ ਹੋ
कारण बेसिक कारण दसो की तुसी नब्ज समझते हैं अमृतगढ़ लोगों को दवाइया ने मरीजा नु मिल रही लेके दे देंदे ने बाहरों लैनिया पैंदियां ने बहुत जिम्मेवारी नाल तुसी बहुत जिम्मेवार बंदे हो और बहुत जिम्मेवारी नाल मैनूं लगदा कि तुसी अपनी गल आख रहे हो इत्थे जिम्मेवारी यह जबकि इन्हों दवाइया आंदियां ने सरकार वालों इन्हां नूं देनियां चाहीदियां ने मरीजा नूं देनियां चाहीदियां ने हैं जी कि नहीं ये अपनी ड्यूटी नहीं सही कर रहे मैं तो यही कहूंगा जी 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 बहुत बहुत शुक्रिया तहल साहब थोड़ा सारी जानकारी देने लिए सो ये तस्वीर ने जिहड़ियां थानू असीं दिखा रहे हैं वोट केंद्र दीआं तस्वीर ने इत्थे नॉर्मल दवाई कौन दिंदा जी इत्थे नॉर्मल मरीजा नूं परची तो बाद दवाई कित्थे मिलदी है ਕਿੱਥੇ ਨੇ ਭਾਈ ਸਾਹਿਬ ਇੱਧਰ ਮਹੀਂ ਦੇ ਨੇ ਅੱਛਾ ਤੁਸੀਂ ਦੇਖਦੇ ਹੋ ਇਹ ਵੀ ਤੁਸੀਂ ਦੇਖਦੇ ਹੋ ਓਟ ਵਾਲਾ ਵੀ ਤੁਸੀਂ ਦੇਖਦੇ ਹੋ ਨਹੀਂ ਉੱਧਰ ਹੁੰਦੇ ਨੇ ਜੀ ਉਹ ਨਹੀਂ ਗਏ 2 ਮਿੰਟ ਕਿੱਥੇ ਗਏ ਨੇ ਡਿਊਟੀ ਛੱਡ ਕੇ ਕਿੱਥੇ ਚਲੇ ਗਏ ਨਹੀਂ ਅੰਦਰ ਹੀ ਨਹੀਂ ਅੱਛਾ ਅੰਦਰ ਗਏ ਨੇ ਤੇ ਇੱਥੇ ਜਿਹੜੇ ਲੋਕ ਖੜੇ ਨੇ ਉਹ ਉਹਨਾਂ ਨੂੰ ਮੈਂ ਦਿੰਦਾ ਦਵਾਈ ਤੁਸੀਂ ਦੇ ਰਹੇ ਹੋ ਇੱਥੇ ਲੋਕਾਂ ਦਾ ਕਹਿਣਾ ਕਿ ਕਿੰਨੀਆਂ ਤਰ੍ਹਾਂ ਦੀਆਂ ਦਵਾਈਆਂ ਨੇ ਤੁਹਾਡੀਆਂ ਇੱਥੇ ਦਵਾਈਆਂ ਦੇ ਉਹ ਤਾਂ ਸਾਰਾ ਫਾਰਮਾਸਿਸਟ ਨੇ ਜਿਹੜੇ ਉਹਨਾਂ ਨੂੰ ਪਤਾ ਹੋਊਗਾ ਅੱਛਾ ਉਹਨਾਂ ਨੂੰ ਅੰਦਰ ਲਵਜੋਤ ਸਰ ਜੀ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਖੜੇ ਨੇ ਔਰ ਜਿਹੜੇ ਇੱਥੇ ਦੇ ਫਰਮਾ ਵੰਡਦੇ ਨੇ ਦਵਾਈਆਂ ਵੰਡਣ ਵਾਲੇ ਲੋਕ ਤੁਸੀਂ ਦੇਖ ਸਕਦੇ ਹੋ ਖਿੜਕੀ ਦੇ ਵਿੱਚੋਂ ਬਾਹਰੋਂ ਝਾਕ ਰਹੇ ਨੇ ਖੜੇ ਰਹੇ ਨੇ ਔਰ ਉਹ ਮੌਕੇ ਦੇ ਉੱਤੇ ਨਹੀਂ ਨੇ ਡਿਊਟੀ 'ਤੇ ਦੱਸ ਕੇ ਜਾਣਾ ਬਣਦਾ ਸੀ ਜਾਂ ਕੋਈ ਹੋਰ ਆਪਣੀ ਥਾਂ 'ਤੇ ਰਿਪਲੇਸ ਕਰਕੇ ਜਾਣਾ ਬਣਦਾ ਸੀ ਇੱਥੇ ਜੇਕਰ ਉਹਨਾਂ ਨੂੰ ਕੋਈ ਹੋਰ ਕੰਮ ਵੀ ਹੈਗਾ ਪਰ ਇੱਥੇ ਜ਼ਿੰਮੇਵਾਰੀ ਕੌਣ ਹੈ ਜ਼ਿੰਮੇਵਾਰ ਕੌਣ ਸਮਝਦਾ ਕਿਸੇ ਦੀ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਜਿਹੜੇ ਸਾਡਾ ਸਿਹਤ ਮਹਿਕਮਾ ਇਸ ਵੇਲੇ ਉਹ ਸਾਰੇ ਹੀ ਸਿਹਤ ਮਹਿਕਮਾ ਰੱਬ ਦੇ ਭਰੋਸੇ ਹੋ ਚੱਲਿਆ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ CSC ਅਹਿਮਦਗੜ੍ਹ ਦੀਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਅਣਗਹਿਲੀ ਵੱਡੀ ਨਲਾਇਕੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਮੈਨੂੰ ਅੱਜ ਹੀ ਫੋਨ ਦੇ ਉੱਤੇ ਪ੍ਰੈਸ ਰਿਪੋਰਟਰ ਦਾ ਫੋਨ ਆਇਆ ਸੀ ਵੀ ਇੱਦਾਂ ਇੱਥੇ ਹੈਗਾ ਅਤੇ ਮੈਂ ਹੁਣ ਡਿਊਟੀ ਲਗਾ ਦਿੱਤੀ ਹੈ DFPO ਦੀ ਅਤੇ ਉਹ ਇਨਕੁਆਇਰੀ ਕਰਕੇ ਅਤੇ ਅੱਜ 2 ਦਿਨਾਂ ਤੱਕ ਰਿਪੋਰਟ ਦੱਸ ਦੇਣਗੇ ਪਤਾ ਚੱਲ ਜਾਏਗਾ ਕਿ ਉਹ ਦਵਾਈ ਸਾਡੇ ਮਤਲਬ ਸਰਕਾਰੀ ਹੈ ਗੈਰ ਸਰਕਾਰੀ ਹੈ ਕਦੋਂ ਦੀ ਐਕਸਪਾਇਰੀ ਹੈ ਕਿਉਂਕਿ ਇਹ ਉਸ ਤੋਂ ਪਹਿਲੇ ਦੀ ਐਕਸਪਾਇਰੀ ਹੋਏਗੀ ਠੀਕ ਹੈ ਇਹਦੀ ਰਿਪੋਰਟ ਆ ਜਾਏਗੀ ਇੱਕ ਅੱਧੇ ਦਿਨ 'ਚ ਜਿਹੜੀ ਐਕਸਪਾਇਰੀ ਦਵਾਈਆਂ ਹੁੰਦੀਆਂ ਮੈਡਮ ਕੀ ਆਪਾਂ ਉਹਨੂੰ ਸਿੱਖ ਸਕਦੇ ਹਾਂ ਵਾਪਸ ਹੀ ਤੁਸੀਂ ਭੇਜ ਦਿਓ ਜਿਹੜੀ ਐਕਸਪਾਇਰੀ ਹੋ ਜਾਂਦੀ ਦਵਾਈਆਂ ਹੋਸਪਿਟਲ ਵੱਲੋਂ ਨਹੀਂ ਵੈਸੇ ਤਾਂ ਅਸੀਂ ਉਸ ਪੀਰੀਅਡ ਦੇ ਵਿੱਚ ਯੂਜ਼ ਕਰਦੇ ਹਾਂ ਪਰ ਕਈ ਦਵਾਈਆਂ ਐਸੀਆਂ ਨੇ ਜਿਵੇਂ ਕਈ ਪ੍ਰੋਗਰਾਮਸ ਵਗੈਰਾ ਲਈ ਜਿੱਦਾਂ ਆਉਂਦੀਆਂ ਨੇ ਉਹਦੇ ਲਈ ਉਪਰੂ ਗਾਈਡਲਾਈਨ ਸਟੇਟ ਤੋਂ ਆਉਂਦੀਆਂ ਨੇ ਕਿ ਹਾਂ ਇਹਦੀ ਜੋ ਵੀ ਐਕਸਪਾਇਰੀ ਦੀ ਜਿੱਦਾਂ ਵੀ ਉਹਦੇ ਪ੍ਰੋਟੋਕੋਲਸ ਨੇ ਉਸ ਹਿਸਾਬ 'ਤੇ ਕਰਦੇ ਹਾਂ ਮੈਡਮ ਉਹਦੇ ਵਿੱਚ ਦਵਾਈਆਂ ਜਲਾਈਆਂ ਵੀ ਗਈਆਂ ਨੇ ਡੱਬੇ ਕਈ ਉਹ ਫਿਰ ਅਸੀਂ ਤਾਂ ਹੀ ਅਸੀਂ ਚੀਜ਼ ਦੀ ਇਨਕੁਆਇਰੀ ਲਈ ਹੁਣ DFPO ਨੂੰ ਅਪੁਆਇੰਟ ਕੀਤਾ ਅਤੇ ਉਹ ਦੱਸਣਗੇ ਆ ਕੇ ਰਿਪੋਰਟ ਦੇਣਗੇ ਸਾਨੂੰ ਕੀ ਮੈਡਮ ਕਾਰਵਾਈ ਕਰੋਗੇ ਜਿਹੜਾ ਇਹਦੇ ਵਿੱਚ ਹਾਂਜੀ ਹਾਂਜੀ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਕਰਾਂਗੇ ਕਾਰਵਾਈ ਜ਼ਰੂਰ SMO ਨੇ ਬਿਲਕੁਲ ਸਾਫ਼ ਮਨਾ ਕਰ ਦਿੱਤਾ ਹੈ ਕਿ ਮੈਨੂੰ ਜੋ ਐਕਸਪਾਇਰੀ ਹੋਈਆਂ ਦਵਾਈਆਂ ਨੇ ਉਸ ਬਾਬਤ ਕਿਸੇ ਕਿਸਮ ਦਾ ਕੋਈ ਇਲਮ ਨਹੀਂ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਸੀ ਸਿਵਲ ਜਿਹੜਾ CSC ਅਹਿਮਦਗੜ੍ਹ ਦੀਆਂ ਜਿੱਥੇ ਆਮ ਲੋਕਾਂ ਦਾ ਪੈਸਾ ਸਿਹਤ ਮਹਿਕਮੇ ਦੇ ਨਿਯਮ ਦੀਆਂ ਧੱਜੀਆਂ ਉਡਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਤਬਾਹ ਕੀਤਾ ਜਾ ਰਿਹਾ ਹੈ ਔਰ ਅਸੀਂ ਜੇਕਰ ਇਸ ਵੀਡੀਓ ਨੂੰ ਇਸ ਖਬਰ ਨੂੰ ਕੋਈ ਸਿਹਤ ਮਹਿਕਮੇ ਦਾ ਉੱਚ ਅਧਿਕਾਰੀ ਦੇਖਦਾ ਹੈ ਤਾਂ ਅਸੀਂ ਜ਼ਰੂਰ ਇੱਕ ਬੇਨਤੀ ਹੱਥ ਬੰਨ ਕੇ ਕਰਾਂਗੇ ਕਿ ਅਜਿਹੇ ਹਸਪਤਾਲ ਜੋ ਲੋਕਾਂ ਦੀ ਬਿਮਾਰੀ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਨੇ ਪਰ ਇਸ ਵੇਲੇ ਇਹਨਾਂ ਦਾ ਖੁਦ ਦਾ ਇਲਾਜ ਹੋਣਾ ਕਾਫੀ ਲਾਜ਼ਮੀ ਹੈ ਕਿਉਂਕਿ ਸਰਕਾਰ ਵੱਲੋਂ ਜਿਹੜੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤਾਂ ਕੁਝ ਕੁ ਕਥਿਕ ਸਾਜ਼ਿਸ਼ਾਂ ਤਹਿਤ ਜਿਹੜੀ ਉਸ ਨੂੰ ਲੋਕਾਂ ਤੱਕ ਪਹੁੰਚਣ ਤੋਂ ਅੱਜ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਨੇ ਕਿ 2 ਸਾਲ ਦਵਾਈਆਂ ਨੂੰ ਬਣੀਆਂ ਹੋਈਆਂ ਪਰ 2 ਸਾਲਾਂ ਦੇ ਵਿੱਚ ਨਾ ਤਾਂ ਸੰਬੰਧਿਤ ਦਵਾਈ ਦਾ ਮਰੀਜ਼ ਇੱਥੇ ਆਇਆ ਅਤੇ ਨਾ ਹੀ ਕਿਸੇ ਨੂੰ ਮਰੀਜ਼ ਨੂੰ ਉਹ ਦਵਾਈ ਦੇਣ ਦੀ ਕਿਸੇ ਡਾਕਟਰ ਵੱਲੋਂ ਕੋਸ਼ਿਸ਼ ਕੀਤੀ ਗਈ ਸੋ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਮਹਿਕਮਾ ਇਸ ਸਾਰੀ ਖਬਰ ਦੀ ਕੀ ਖਬਰ ਲੈਂਦਾ ਹੈ ਕਾਸਿਫ ਫਾਰੂਕੀ ਹਕੀਕਤ TV ਪੰਜਾਬੀ ਅਹਿਮਦਗੜ੍ਹ